ਸਤ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਪ੍ਰਦੀਪ ਸਿੰਘ ਬੰਟੀ ਲੈ ਕੇ ਆਇਆ ਇੱਕ ਵਾਰ ਫਿਰ ਤੁਹਾਡੇ ਕੋ ਨਵੀਂ ਇਨਫੋਰਮੇਸ਼ਨ ਨਾਲ ਨਵੀਂ ਅਪਡੇਟਸ ਲੈ ਕੇ ਆਇਆ ਅੱਜ ਆਪਾਂ ਮਾਲਟਾ ਦੇ ਰਿਲੇਟਡ ਜਿਹੜਾ ਆ ਉਹਦੇ ਬਾਰੇ ਇਨਫੋਰਮੇਸ਼ਨ ਲੈ ਕੇ ਆਏ ਆ ਤੁਹਾਡੇ ਵਾਸਤੇ ਪਹਿਲਾਂ ਵੀ ਆਪਾਂ ਇਟਲੀ ਵਾਸਤੇ ਲੈ ਕੇ ਆਏ ਉਹ ਵੀਡੀਓ ਨੂੰ ਲੋਕਾਂ ਨੇ ਵਧੀਆ ਪਿਆਰ ਦਿੱਤਾ ਵੀਨਾ ਭਰਾਵਾਂ ਨੇ ਜਿੰਨੂੰ ਜਿੰਨੂ ਵੀਡੀਓ ਵਧੀਆ ਲੱਗੀ ਉਹਨੂੰ ਸ਼ੇਅਰ ਜ਼ਰੂਰ ਕਰਿਓ ਇਹ ਵੀ ਵੀਡੀਓ ਇਸੇ ਰਿਲੇਟਡ ਆ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਜੀ ਸੋ ਅੱਜ ਗੱਲ ਕਰਾਂਗੇ ਜੀ ਮਾਰਟਾਰਾ ਵਰਕ ਪਰਮਿਟ ਜਿਹੜਾ ਵਾ ਆਪਣੇ ਫੋਨ ਤੋਂ ਅਪਲਾਈ ਕਰ ਸਕਦੇ ਜੇ ਘਰ ਬੈਠੇ ਕਿਤੇ ਧੰਨਵਾਦ ਉਹ ਪੈਸੇ ਦੇਣ ਦੀ ਲੋੜ ਨਹੀਂ ਆ ਕਿਸੇ ਏਜੰਟ ਕੋਲੋਂ ਜਾਣ ਦੀ ਲੋੜ ਨਹੀਂ ਆ ਦੱਸੂਗਾ ਕੱਲੀ ਕੱਲੀ ਅੱਜ ਸਾਰੀ ਦੱਸੂਗਾ ਅੱਜ ਕੱਲੀ ਕੱਲੀ ਗੱਲ ਤੁਹਾਨੂੰ ਸਾਰੀ ਕਿੱਦਾਂ ਤੁਸੀਂ ਜਿਹੜਾ ਵਾ ਉਤੇ ਅਪਲਾਈ ਕਰ ਸਕਦੇ ਜੇ ਆਪਣਾ ਵਰਕ ਪਰਮਿਟ ਠੀਕ ਆ ਜੀ ਕਿੱਦਾਂ ਤੁਸੀਂ ਉਸ ਨੂੰ ਕਿਹੜੇ-ਕਿਹੜੇ ਡਾਕੂਮੈਂਟ ਲਾ ਕੇ ਜਿਹੜਾ ਤੁਸੀਂ ਉਹਨੂੰ ਆਪਣਾ ਸਾਰਾ ਪ੍ਰੋਸੀਜਰ ਓਕੇ ਕਰ ਸਕਦੇ ਜੇ ਸੋ ਸਾਰੀ ਗੱਲਬਾਤ ਅਜ ਕਰਦੇ ਆ ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲਾਂ ਰਿਕਵੈਸਟ ਕਰਦਾ ਜਿਹੜੇ ਵੀ ਰਿਅਲ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਪਲੱਸ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਣ ਤਾਂ ਕਿ ਇਹਨਾਂ ਨੇ ਵੀਡੀਓ ਆਪਾਂ ਤੁਹਾਡੇ ਵਾਸਤੇ ਨਵੀਆਂ ਤੋਂ ਨਵੀਆਂ ਲੈ ਕੇ ਆਉਂਦੇ ਰਹੀਏ ਸ਼ੇਅਰ ਵੀਡੀਓ ਨੂੰ ਜਰੂਰ ਕਰਿਆ ਕਰੋ ਤਾਂ ਕਿ ਸਾਰੇ ਵੀਰਾ ਭਰਾਵਾਂ ਦੇ ਜਿਹੜਾ ਵਾ ਉਹ ਇਸ ਤੋਂ ਥੋੜਾ ਗਾਈਡ ਲੈ ਸਕਣ ਜਾਂ ਸਿੱਖਿਆ ਲੈ ਸਕਣ ਸੋ ਆਜੋ ਹੁਣ ਮੈਂ ਤੁਹਾਨੂੰ ਜਿਹੜਾ ਵਾ ਡੈਸਕਟਾਪ ਦੀ ਸਕਰੀਨ ਤੇ ਲੈ ਕੇ ਚੱਲਣਾ ਵਾ ਤੇ ਤੁਹਾਨੂੰ ਸਾਰਾ ਪ੍ਰੋਸੈਸ ਸਮਝਾਉਣਾ ਵਾ ਕਿਹੜੇ-ਕਿਹੜੇ ਉਹਦੇ ਵਿੱਚ ਡਾਕੂ ਕਿਹੜੇ-ਕਿਹੜੇ ਜਿਹੜੇ ਆ ਉਹ ਦਸਤਾਵੇਜ਼ ਉਹਦੇ ਵਿੱਚ ਜ਼ਰੂਰੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਦਸਤਾਵੇਜ਼ ਆ ਤੁਹਾਡੇ ਜੋ ਵੀ ਐਕਸਪੀਰੀਅੰਸ ਸਰਟੀਫਿਕੇਟ ਤੁਹਾਡੇ ਕੋਲ ਹੈਗੇ ਜੋ ਵੀ ਤੁਸੀਂ ਸਕਿੱਲ ਕਰਦੇ ਜੇ ਚਾਹੇ ਉਹ ਕਾਰਪੈਂਟਰ ਆ ਜਾਂ ਮੈਸਨ ਆ ਜਾਂ ਪਲੰਬਰ ਆ ਜਾਂ ਡਰਾਈਵਿੰਗ ਆ ਜਾਂ ਕੁਝ ਵੀ ਜਿਹੜੇ ਵੀ ਚੀਜ਼ ਦੇ ਤੁਸੀਂ ਸਕਿੱਲ ਹੈਗੇ ਜੇ ਸਕਿੱਲ ਤੁਸੀਂ ਕੀਤੀ ਆ ਉਹ ਚੀਜ਼ ਜਿਹੜੇ ਆਪਣੇ ਡਾਕੂਮੈਂਟ ਆ ਜ਼ਰੂਰ CV ਦੇ ਵਿੱਚ ਪਾ ਕੇ ਰੱਖੋ ਇੱਕ ਪੂਰੀ ਵਧੀਆ ਤਰੀਕੇ ਦੇ ਨਾਲ CV ਜਿਹੜੀ ਹਾਰਡ ਕਰਕੇ ਰੱਖੋ ਠੀਕ ਆ ਜੀ ਉਸ ਤੋਂ ਬਾਅਦ ਤੁਹਾਨੂੰ ਮੈਂ ਤੁਹਾਨੂੰ ਦੱਸਦਾ ਦਹੀ ਕਿੱਥੇ ਜਾ ਕੇ ਉਹਨੂੰ ਅਪਲਾਈ ਕਰਨਾ ਕਿੱਦਾਂ ਤੁਸੀਂ ਅਪਲਾਈ ਕਰਨਾ ਕਿੰਨਾ ਜਿਹੜਾ ਉਹਦਾ ਟਾਈਮ ਲੱਗਦਾ ਆ ਸੋ ਮੈਂ ਤੁਹਾਨੂੰ ਸਾਰੀ ਇਸ ਵੀਡੀਓ ਦੇ ਵਿੱਚ ਜਾਣਕਾਰੀ ਦਿੰਨਾ ਸੋ ਆਜੋ ਮੇਰੇ ਨਾਲ ਹੁਣ ਤੁਹਾਨੂੰ ਮੈਂ ਲੈ ਕੇ ਚੱਲਦਾ ਡੈਸਕਟਾਪ ਦੀ ਸਕਰੀਨ ਤੇ ਸੋ ਹਾਂਜੀ ਦੋਸਤੋ ਹੁਣ ਤੁਸੀਂ ਸਾਰੇ ਮੇਰੇ ਨਾਲ ਜਿਹੜਾ ਉਹ ਡੈਸਕਟਾਪ ਦੀ ਸਕਰੀਨ ਤੇ ਆ ਚੁੱਕੇ ਹੋ ਹੋਗੇ ਸੋ ਹੁਣ ਮੈਂ ਤੁਹਾਨੂੰ ਜਿਹੜਾ ਅਗਲਾ ਸਟੈਪ ਦੱਸਦਾ ਮਾਂ ਵੀ ਤੁਸੀਂ ਕਿੱਥੋਂ ਆਪਣਾ ਜਿਹੜਾ ਵਰਕ ਪਰਮਨ ਵਾਸਤੇ ਅਪਲਾਈ ਕਰ ਸਕਦੇ ਜੇ ਮਾਲਟਾ ਦੀ ਜੋਬ ਵਾਸਤੇ ਔਰ ਇੱਕ ਚੀਜ਼ ਦਾ ਖਿਆਲ ਜ਼ਰੂਰ ਰੱਖੋ ਵੀ ਜਿਹੜੀ ਜਿਹੜੀ ਚੀਜ਼ ਦੀ ਤੁਹਾਡੇ ਕੋਲ ਸਕਿੱਲ ਹੈਗੀ ਆ ਜਾਂ ਜਿਹੜਾ ਵੀ ਤੁਸੀਂ ਕੰਮ ਕਰਦੇ ਜੇ ਹਮੇਸ਼ਾ ਉਹੀ ਜੋਬ ਨੂੰ ਜਿਹੜਾ ਤੁਸੀਂ ਸਰਚ ਕਰੋ ਉਸੇ ਜੋਬ ਤੇ ਜਿਹੜਾ ਵਾ ਆਪਣਾ ਫੋਕਸ ਕਰੋਗੇ ਸਾਨੂੰ ਇਹੀ ਜੋਬ ਦੇ ਵਿੱਚ ਜਿਹੜਾ ਕੰਮ ਮਿਲੇ ਹੋ ਰਹੀ ਹੈ ਜੋਬ ਦੇ ਵਿੱਚ ਇਹੀ ਅਪਲਾਈ ਕਰੀਏ ਸੋ ਹੁਣ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਦੱਸਦਾ ਤੁਸੀਂ ਇੱਕ ਵੈਬਸਾਈਟ ਆ ਜਿਹੜੀ ਉਹ ਓਪਨ ਕਰਨੀ ਆ ਉਹ ਹੈਗੀ ਆ ਜੀ www. malta parak.com ਆ ਦੇਖੋ ਆ ਗਿਆ ਸਾਰਾ ਇਹ ਵਾਲੀ ਜਿਹੜੀ ਆ ਤੁਸੀਂ ਸਾਈਟ ਓਪਨ ਕਰਨੀ ਆ ਜੀ ਠੀਕ ਆ ਜੀ ਇਹ ਸਾਈਟ ਓਪਨ ਕਰਨ ਤੋਂ ਬਾਅਦ ਤੁਹਾਨੂੰ ਇੱਕ ਡੈਸਕਟਾਪ ਇਦਾਂ ਦਾ ਸ਼ੋ ਹੋਏਗਾ ਇੱਥੇ ਦੇਖਿਓ ਇੱਕ ਜਿਹੜੀ ਇਹਦੀ ਐਪ ਆ ਜਿਹੜੀ ਮਨ ਲੇ ਇਹਦੀ ਸਾਈਟ ਆ ਉਹਦਾ ਇਦਾਂ ਦਾ ਲੋਗੋ ਹੁੰਦਾ ਆ ਐਮ ਪੀ ਕਰਕੇ ਲੋਗੋ ਆ ਉਹ ਸਾਈਟ ਨੂੰ ਜਿਹੜਾ ਵਾ ਤੁਸੀਂ ਓਪਨ ਕਰਨਾ ਆ ਹੋਮ ਤੇ ਜਾ ਕੇ ਉਸ ਤੋਂ ਬਾਅਦ ਦੇਖੋ ਜੀ ਤੁਹਾਡੇ ਕੋਲ ਜਿਹੜੀਆਂ ਹੈਗੀਆਂ ਵਾ ਤੁਸੀਂ ਇੱਥੇ ਜੋਬ ਆਪਣੀ ਸਰਚ ਵੀ ਕਰ ਸਕਦੇ ਜੀ ਠੀਕ ਆ ਜੀ ਉਸ ਤੋਂ ਸਭ ਤੋਂ ਪਹਿਲਾਂ ਮੈਂ ਰਿਕਵੈਸਟ ਕਰਨਾ ਕਿ ਜਿਹੜੇ ਇੱਥੇ ਜਿਹੜਾ ਮਤਲਬ ਨਵੇਂ ਆਏ ਹਨ ਜਿਹੜੇ ਉਹ ਇਸ ਨੂੰ ਜਰੂਰ ਇੱਕ ਵਾਰੀ ਸਾਈਨ ਅਪ ਕਰ ਲੈਣ ਸਾਈਨ ਅਪ ਕਰਕੇ ਆਪਣਾ ਇੱਥੇ ਅਕਾਊਂਟ ਬਣਾ ਲੈਣ ਤਾਂ ਕਿ ਤੁਸੀਂ ਜਿਹੜੀ ਵੀ ਜੋਬ ਦੇ ਰਿਲੇਟਡ ਕੰਮ ਲੱਭਦੇ ਹੋ ਜਾਂ ਜਿਹੜੀ ਵੀ ਜੋਬ ਦੇ ਰਿਲੇਟਡ ਤੁਸੀਂ ਕੰਮ ਕਰਨਾ ਵਾ ਉਹ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਆਉਂਦਾ ਰਹੇਗਾ ਜੀ ਤੁਹਾਡੇ ਰਿਲੇਟਡ ਜੋਬ ਆਈ ਹੈ ਜਿਹੜੀ ਤੁਸੀਂ ਅਪਲਾਈ ਕੀਤੀ ਸੀ ਜਾਂ ਜਿਹੜੀ ਤੁਸੀਂ ਸਰਚ ਕਰਨ ਦੇ ਹੀ ਸੋ ਉਸ ਤੋਂ ਬਾਅਦ ਤੁਸੀਂ ਜਿਹੜਾ ਵਾ ਇਹ ਵਾਲਾ ਜੋਬ ਵਾਲਾ ਜਿਹੜਾ ਆਪਸ਼ਨ ਹੈਗਾ ਵਾ ਇਸ ਤੇ ਤੁਸੀਂ ਜਿਹੜਾ ਕਲਿੱਕ ਕਰਨਾ ਹੈ ਕਲਿੱਕ ਕਰੋਗੇ ਤੇ ਤੁਹਾਨੂੰ ਜਿਹੜੀ ਨਾਲ ਦੀ ਨਾਲ ਸਾਰੀਆਂ ਜੋਬਸ ਜਿਹੜੀਆਂ ਆ ਉਹ ਸ਼ੋ ਹੋ ਜਾਣਗੀਆਂ ਠੀਕ ਹੈ ਜੀ ਨੀਚੇ ਦੀ ਸਕਰੀਨ ਤੇ ਵੀ ਦੇਖ ਰਹੇ ਹੋਗੇ ਉਹ ਡਰਾਈਵਰ ਜੇ ਕੋਈ ਡਰਾਈਵਰ ਹੈਗਾ ਉਹਨਾਂ ਦਾ ਵੀ ਜਿਹੜਾ ਹੈਗਾ ਵਾ ਉਹ ਜੋਬ ਜਿਹੜੀ ਆ ਉਹ ਸ਼ੋ ਹੋ ਰਹੀ ਹੈ ਕਿ ਉਹਨਾਂ ਵਾਸਤੇ ਵੀ ਜੋਬ ਹੈਗੀ ਆ ਤੇ ਨੀਚੇ ਨਾਲ ਦੀ ਨਾਲ ਉਹਨਾਂ ਲొਕੇਸ਼ਨ ਵੀ ਦਿੱਤੀ ਹੈਗੀ ਕਿਹੜੀ ਲొਕੇਸ਼ਨ ਤੇ ਜੋਬ ਹੈ ਠੀਕ ਆ ਜੀ ਇਹ ਤੇ ਤੁਸੀਂ ਆ ਕੇ ਜਿਹੜਾ ਵੀ ਤੁਸੀਂ ਕੰਮ ਕਰਦੇ ਜੇ ਕੰਸਟਰਕਸ਼ਨ ਦਾ ਕਰਦੇ ਜੇ ਇਮਟ ਕਲੀਂਡਰ ਦਾ ਕਰਦੇ ਜੇ ਇਲੈਕਟ੍ਰੀਸ਼ੀਅਨ ਪਲੰਬਰ ਦਾ ਕਰਦੇ ਜੇ ਮਾਰਕੀਟਿੰਗ ਮਾਰਕੀਟਿੰਗ ਐਡਮਿਨ ਦਾ ਕਰਦੇ ਜੇ ਮਤਲਬ ਜਿਹੜਾ ਵੀ ਜਿਹੜੀ ਚੀਜ਼ ਆ ਜਿਹੜਾ ਹੈਗਾ ਵਾ ਉਹ ਆਪਣਾ ਉਹੀ ਚੀਜ਼ ਤੇ ਅਪਲਾਈ ਕਰੇ ਜਿਹੜੀ ਚੀਜ਼ ਆ ਉਹ ਕੰਮ ਕਰਦਾ ਵਾ ਜੀ ਠੀਕ ਆ ਜੀ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਦਾ ਵਾਂ ਕਿ ਤੁਸੀਂ ਜਿਹੜਾ ਇਸ ਨੂੰ ਆ ਅੱਗੇ ਅਪਲਾਈ ਕਿੱਦਾਂ ਕਰਨਾ ਆ ਤੇ ਕਿੱਦਾਂ ਕਿੱਦਾਂ ਇਹਦਾ ਜਿਹੜਾ ਸਾਰਾ ਪ੍ਰੋਸੈਸ ਹੈਗਾ ਵਾ ਜੀ ਸੋ ਆਪਾਂ ਇੱਕ ਟੈਂਪਰੇਰੀ ਜੌਬ ਜਿੱਤਾਂ ਵੈਲਡਰ ਦੀ ਜੌਬ ਜਿਹੜੀ ਆ ਉਹਨਾਂ ਆਪਾਂ ਸਿਲੈਕਟ ਕਰ ਲੈਨੇ ਆ ਜੀ ਠੀਕ ਆ ਜੀ ਸਿਲੈਕਟ ਕਰਾਂਗੇ ਤੇ ਸਿਲੈਕਟ ਕਰਨ ਤੋਂ ਬਾਅਦ ਦੇਖਿਓ ਜੀ ਇੱਕ ਜਿਹੜਾ ਆਪਸ਼ਨ ਆ ਉਹ ਮਤਲਬ ਸਾਰਾ ਜਿਹੜਾ ਉਹਦਾ ਹੈਗਾ ਡਿਟੇਲ ਹੋ ਜੀ ਉਹ ਸਾਰੀ ਆ ਜਾਊਗੀ ਕਿ ਕੀ ਕੀ ਉਹਦੇ ਵਿੱਚ ਰਿਕਵਾਇਰਡ ਆ ਕੀ ਕੀ ਉਹਦੇ ਵਿੱਚ ਡਾਕੂਮੈਂਟੇਸ਼ਨ ਲੱਗਣਗੇ ਜਾਂ ਕੀ ਕੀ ਉਹਦੀ ਜਿਹੜੀ ਪੂਰੀ ਇਨਫੋਰਮੇਸ਼ਨ ਆ ਜਾਊਗੀ ਜਿੱਤਾਂ ਤੁਸੀਂ ਵੇਖ ਰਹੇ ਹੋ ਕਿ ਜੋ ਵੀ ਉਹਦੇ ਵਿੱਚ ਹੈਗਾ ਵਾ ਜੀ ਦੇਖਿਓ ਕੰਪਨੀ ਦਾ ਮਤਲਬ ਜੋ ਵੀ ਬਾਇਓ ਡਾਟਾ ਹੈਗਾ ਉਹ ਸਾਰਾ ਆ ਜਾਊਗਾ ਉਹ ਹੋਣ ਤੋਂ ਬਾਅਦ ਤੁਸੀਂ ਉਹਨੂੰ ਜਿਹੜਾ ਵਾ ਅਪਲਾਈ ਕਰ ਸਕਦੇ ਜੇ ਸੋ ਇਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਜੌਬਸ ਹੈਗੀਆਂ ਵਾ ਜਿਹੜੀਆਂ ਤੁਹਾਡੇ ਰਿਲੇਟਡ ਹੈਗੀਆਂ ਜਿਤਾ ਪਲੰਬਿੰਗ ਦੀ ਹੈਗੀ ਆ ਪਲੰਬਿੰਗ ਸਿਲੈਕਸ਼ਨ ਰੀਡਰ ਹੈਗੀ ਆ ਉਹਦੇ ਵਿੱਚ ਵੀ ਜਿਹੜਾ ਤੁਹਾਨੂੰ ਇਹ ਸਾਰਾ ਮਤਲਬ ਉਹਨਾਂ ਨੇ ਦੱਸਿਆ ਹੋਇਆ ਹੈ ਕਿ ਕੀ ਕੀ ਇਹਦੇ ਵਿੱਚ ਰਿਪਾਇਰ ਹੈਗਾ ਔਰ ਕੀ ਕੀ ਇਹਦੀਆਂ ਸ਼ਰਤਾਂ ਹੈਗੀਆਂ ਵਾ ਕੁਆਲਿਫੀਕੇਸ਼ਨ ਹੈਗੀ ਆ ਸਾਰਾ ਕੁਝ ਮਤਲਬ ਇਹਦੇ ਵਿੱਚ ਦਿੱਤਾ ਉਸ ਤੋਂ ਬਾਅਦ ਆ ਤੁਸੀਂ ਨੂੰ ਜਦੋਂ ਅਪਲਾਈ ਕਰਨਾ ਅਪਲਾਈ ਕਰਨ ਵਾਸਤੇ ਤੁਹਾਨੂੰ ਜਿਹੜਾ ਲੌਗਇਨ ਜਿਹੜੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਜਿਹੜਾ ਤੁਸੀਂ ਲੌਗਇਨ ਆਈਡੀ ਬਣਾਉਣੀ ਆ ਉਹ ਤੁਸੀਂ ਇੱਥੇ ਆਪਣਾ ਅਕਾਊਂਟ ਇੱਕ ਵਾਰ ਜ਼ਰੂਰ ਬਣਾ ਲਓ ਜੀ ਠੀਕ ਆ ਜੀ ਕਾਊਂਟ ਬਣਾ ਕੇ ਇੱਕ ਸੀਵੀ ਆਪਣੀ ਜਿਹੜੀ ਆ ਉਹ ਪ੍ਰੋਪਰਲੀ ਤਿਆਰ ਕਰਕੇ ਰੱਖੋ ਕਿ ਜਿਹਦੇ ਵਿੱਚ ਤੁਹਾਡਾ ਸਾਰਾ ਬਾਇਓ ਡਾਟਾ ਤੁਹਾਡੇ ਸਰਟੀਫਿਕੇਟ ਤੁਹਾਡੀ ਐਜੂਕੇਸ਼ਨ ਦੇ ਸਰਟੀਫਿਕੇਟ ਮਤਲਬ ਜਿੰਨਾ ਵੀ ਤੁਹਾਡਾ ਜੋ ਵਾਦੋਵਾਦ ਇਹਦੇ ਵਿੱਚ ਲਾਓਗੇ ਆਪਣਾ ਐਕਸਪੀਰੀਅੰਸ ਜਿਹੜਾ ਇਹਦੇ ਵਿੱਚ ਆਪਣਾ ਪੂਰਾ ਸੀਵੀ ਵਿੱਚ ਬਣਾ ਕੇ ਰੱਖੋ ਤਾਂ ਕਿ ਤੁਹਾਨੂੰ ਜਦੋਂ ਅਪਲੋਡ ਕਰਨੀ ਆ ਉਹ ਮੁਸ਼ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਇਹਦੇ ਵਿੱਚ ਸਾਰਾ এমਪਲੋਇਰ ਦਾ ਜ ਸਾਰਾ ਕੁਝ ਦਿੱਤਾ ਹੈ ਆਈਡੀ ਵੀਗਰਾਂ ਉਹਦੀ ਠੀਕ ਹੈ ਜੀ ਸੋ ਇਸੇ ਤਰ੍ਹਾਂ ਤੁਸੀਂ ਹਰੇਕ ਜੋਬ ਨੂੰ ਜਿਹੜਾ ਸਰਚ ਕਰ ਸਕਦੇ ਜੇ ਸਰਚ ਕਰਕੇ ਤੁਹਾਨੂੰ ਜਿਹੜੀ ਵੀ ਜੋਬ ਚੰਗੀ ਲੱਗਦੀ ਜਾਂ ਜਿਹੜੇ ਤੁਹਾਡੇ ਰਿਲੇਟਡ ਜੋਬ ਹੈਗੀ ਆ ਤੁਸੀਂ ਜਿਹੜਾ ਉਹਨੂੰ ਬਿਲਕੁਲ ਅਪਲਾਈ ਕਰ ਸਕਦੇ ਜੇ ਠੀਕ ਹੈ ਜੀ ਉਸ ਤੋਂ ਬਾਅਦ ਇੱਕ ਵੇਖੋ ਅ ਅਸਿਸਟੈਂਟ ਜਿਹੜੀ ਹੈਗੀ ਆ ਇਲੈਕਟ੍ਰੀਸ਼ੀਅਨ ਤੇ ਪਲੰਬਰ ਉਹਦੀ ਜੋਬ ਵੀ ਆਪਣੇ ਕੋਲ ਜਿਹੜੀ ਆ ਉਹਨਾਂ ਨੇ ਉਹ ਪਾਈ ਹੋਈ ਆ ਪੋਰਟਲ ਤੇ ਠੀਕ ਹੈ ਜੀ ਵੀ ਸਾਡੇ ਕੋਲੇ ਵੀ ਅਵੇਲੇਬਲ ਹੈਗੀ ਆ ਬਾਕੀ ਤੁਸੀਂ ਜਿਹੜੀ ਵੀ ਜੌਬ ਦੇ ਰਿਲੇਟਡ ਜਿਹੜਾ ਕੰਮ ਕਰਦੇ ਜੇ ਉਹ ਜ਼ਰੂਰ ਇੱਕ ਵਾਰ ਇਥੋਂ ਤੁਸੀਂ ਕਰਕੇ ਆਪਣਾ ਕੰਟੈਕਟ ਕਰਕੇ ਤੇ ਅਪਲਾਈ ਕਰ ਸਕਦੇ ਜੇ ਠੀਕ ਆ ਜੀ ਇਸ ਦੇ ਵਿੱਚ ਕੋਈ ਵੀ ਏਜੰਟ ਪਾਉਣ ਦੀ ਲੋੜ ਨਹੀਂ ਆ ਬਾਕੀ ਕੇਅਰਫੁਲੀ ਆਪਣਾ ਆਨਲਾਈਨ ਅਪਲਾਈ ਕਰੋ ਤੁਸੀਂ ਇਹਦੇ ਵਿੱਚ ਤੇ ਆਨਲਾਈਨ ਕੇਅਰਫੁਲੀ ਤੁਸੀਂ ਰਹੋ ਠੀਕ ਆ ਜੀ ਇਹਦੇ ਵਿੱਚ ਇਹ ਆ ਕਿ ਨਾ ਕੋਈ ਏਜੰਟ ਪੈਣਾ ਤੇ ਨਾ ਹੀ ਕਿਸੇ ਨੂੰ ਪਾਉਣਾ ਤੁਸੀਂ ਜਿਹੜਾ ਆਪਣਾ ਸਿੱਧੀ ਏਮਪਲੋਇਰ ਨਾਲ ਗੱਲ ਕਰ ਸਕਦੇ ਜੇ ਜਿਹੜਾ ਵੀ ਤੁਹਾਨੂੰ ਕੰਟਰੈਕਟ ਦੇ ਵਿੱਚ ਰੱਖਣਾ ਚਾਹੁੰਦਾ ਹੈ ਠੀਕ ਆ ਜੀ ਜਿਹਦੇ ਵੀ ਅੰਡਰ ਤੋਂ ਆਉਂਦੇ ਹੋਗੇ ਤੁਹਾਨੂੰ ਸਾਰਾ ਆਪਣਾ ਜਿਹੜਾ ਉਹ ਕਲੀਅਰ ਕਰਕੇ ਦੱਸ ਲੂਗਾ ਜੀ ਠੀਕ ਸਾਡੇ ਕੋਲ ਆਜੋਗੇ ਹੈਗੀ ਆ ਜਿਹਦੇ ਵਿੱਚ ਵੀ ਤੁਹਾਡੀ ਸਿਲੈਕਸ਼ਨ ਹੋਊਗੀ ਤੁਹਾਨੂੰ ਉਹ ਏਮਪਲੋਇਰ ਦੀ ਜਾਂ ਤੇ ਈਮੇਲ ਆਈਡੀ ਜਾਂ ਜਿਹੜਾ ਤੁਹਾਨੂੰ ਫੋਨ ਨੰਬਰ ਜਿਹੜਾ ਤੁਸੀਂ ਸੀਵੀ ਤੇ ਪਾਇਆ ਹੋਊਗਾ ਉਸ ਈਮੇਲ ਤੇ ਜਾਂ ਤੁਹਾਨੂੰ ਫੋਨ ਆਜੂਗਾ ਜੀ ਤੁਹਾਡੀ ਸਿਲੈਕਸ਼ਨ ਹੋਈ ਆ ਫਿਰ ਉਹ ਤੁਹਾਨੂੰ ਜਿਹੜਾ ਮਾਰਟਾ ਦਾ ਵੀਜ਼ਾ ਜਿਹੜਾ ਪ੍ਰੋਵਾਈਡ ਕਰ ਦੇਣੇ ਜਿੰਨੂੰ ਜਿੰਨੂੰ ਵੀ ਇਹ ਜਾਣਕਾਰੀ ਬਾਰੇ ਸਮਝ ਲੱਗ ਗਈ ਆ ਉਹ ਆਪਣਾ ਇੱਥੇ ਜਾ ਕੇ ਸਾਈਟ ਤੇ ਅਪਲੋਡ ਸੀ ਕਰ ਦੇਣਾ ਠੀਕ ਆ ਜੀ ਜਿਹੜੋ ਵੀ ਤੁਹਾਡੀ ਸਿਲੈਕਸ਼ਨ ਹੁੰਦੀ ਆ ਜਿਹ ਉਹ ਸਾਧਦਾ ਬਾਰੇ ਤੁਹਾਨੂੰ ਉਹਦੇ ਡਾਇਰੈਕਟ ਈਮੇਲ ਜਾਣਾ ਤੁਹਾਨੂੰ ਫੋਨ ਉਹਦਾ ਆ ਜਾਊਗਾ ਕਿ ਤੁਹਾਡੇ ਸਾਡੇ ਕੰਪਨੀ ਦੇ ਵਿੱਚ ਸਿਲੈਕਸ਼ਨ ਹੋ ਚੁੱਕੀ ਆ। ਸੋ ਵੀਡੀਓ ਵਧੀਆ ਲੱਗੀ ਆ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ। ਜਿੱਤਾਂ ਵੀ ਅਪਲਾਈ ਕਰਨਾ ਆਪਣੇ ਕੇਅਰਫੁਲੀ ਹੋ ਕੇ ਅਪਲਾਈ ਕਰੋ। ਠੀਕ ਆ ਜੀ ਤੁਹਾਨੂੰ ਕੋਈ ਵੀ ਫੋਨ ਆਉਂਦਾ ਇੱਕ ਵਾਰ ਆਪਣੇ ਜ਼ਰੂਰ ਦੋਸਤ ਜਾਂ ਤੁਸੀਂ ਕਿਤੇ ਵੀ ਜਾ ਕੇ ਉਹਨੂੰ ਜ਼ਰੂਰ ਚੈੱਕ ਕਰਵਾਓ ਕਿ ਇਹ ਵੀਜ਼ਾ ਸਹੀ ਆ ਜਾਂ ਜਿੱਤਾਂ ਵੀ ਆ ਕਿਉਂਕਿ ਅੱਜਕੱਲ ਫਰੋਡ ਬਾਜੀ ਬਹੁਤ ਜ਼ਿਆਦਾ ਚੱਲ ਰਹੀ ਆ। ਸੋ ਮੇਰੀ ਇਹ ਰਿਕਵੈਸਟ ਆ ਲੀਗਲ ਸਾਈਟ ਤੇ ਜਾ ਕੇ ਹੀ ਉਹਨੂੰ ਅਪਲਾਈ ਕਰੋ ਲੀਗਲ ਸਾਈਟ ਤੋਂ ਜਾ ਕੇ ਹੀ ਜਿਹੜ ਉਹਦੀ ਸਾਰੀ ਵੈਰੀਫਾਈ ਕਰੋ ਵੀ ਡਿਮਾਂਡ ਕਿਵੇਂ ਆ ਕਿਵੇਂ ਨਹੀਂ ਇਹ ਸਾਰੀ ਅੱਜ ਦੀ ਵੀਡੀਓ ਠੀਕ ਆ ਜੀ ਵੀਡੀਓ ਵਧੀਆ ਲੱਗੀ ਅਰੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਪਲੱਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਦੰਨੇ ਵੀਡੀਓ ਰੇ ਦੰਨੀਆਂ ਨਿਊਜ਼ ਅਪਡੇਟਸ ਲੈ ਕੇ ਆਪਾਂ ਆਉਂਦੇ ਰਹੀਏ ਨਿਊਜ਼ ਗਲਫ ਔਰ ਯੂਰਪ ਵਾਸਤੇ ਸੋ ਇੱਥੇ ਸਾਡੀ ਵੀਡੀਓ ਨੂੰ ਆਪਾਂ ਖਤਮ ਕਰਦੇ ਆ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ ਲੈ ਕੇ ਜਾਂ ਨਵੀਂ ਅਪਡੇਟਸ ਲੈ ਕੇ ਛੇਤੀ ਮਿਲਾਂਗੇ ਧੰਨਵਾਦ